ਅਸਲਾਮ ਵਾਲੇਕੁਮ, ਕੀ ਹਾਲ ਚਾਲ ਹੈ ਮੇਰੇ ਤਮਾਮ ਭੈਣ ਭਾਈਆਂ ਤੋਂ? ਉਮੀਦ ਕਰਨਾ ਸਾਰੇ ਠੀਕ ਹੋਣਗੇ, ਜਿੱਥੇ ਵੀ ਉਹ ਖੁਸ਼ ਰਹੋ, ਆਬਾਦ ਰਹੋ, ਹਮੇਸ਼ਾ ਉਸਦੇ ਵਸਦੇ ਰਹੋ। ਅਲਹਮਦੁਲਿਲਾ ਬਿਲਕੁਲ ਠੀਕ ਹਾਂ। ਵੈਲਕਮ ਜੀ, ਮੈਂ ਵੀ ਲਾ ਕੇ ਤਮਾਮ ਭੈਣ ਭਾਈ ਨੂੰ ਖੁਸ਼ਾਮਦੀਦ ਕਰਨਾ। ਟਾਈਮ ਚੋਣ ਹੋ ਗਿਆ, ਤਕਰੀਬਨ 11 ਵੱਜ ਚੱਲਿਆ ਗਿਆ। ਕੰਮ ਮਾਸ਼ਾਅੱਲਾ ਜਾਰੀ ਹੈਗਾ, ਕਿਉਂਕਿ ਮੈਂ ਜੇ ਨਾਤਾਂ ਕੱਪੜੇ ਵਗੈਰਾ ਬਦਲਿਆ, ਤਕਲੀਫ ਹੋ ਰਹੀ ਹੈਗੀ। ਜੇ ਨਾ ਬੈਠਾ ਆ ਗਿਆ, ਕੰਮ ਤਾਂ ਮਾਸ਼ਾਅੱਲਾ ਚੱਲ ਰਿਹਾ, ਮੇਰੇ ਕੋਲ ਜੇ ਨਾ ਕੰਮ ਨਹੀਂ ਹੋ ਰਿਹਾ। ਜੇ ਜੇ ਸੀਮੈਂਟ ਵਗੈਰਾ 'ਚ ਤੁਹਾਨੂੰ ਦੱਸਿਆ, ਅੱਗੇ ਗਾਡਰ ਲੱਗਿਆ, ਉਹਦੀ ਵਜ੍ਹਾ ਤੋਂ ਜੇ ਤਕਲੀਫ ਚੁ ਰਹੀ ਹੈ। ਜੋ ਛੁੱਟੀਆਂ ਕੀਤੀਆਂ, ਕੱਲ੍ਹ ਜਿਹੜਾ ਸੀਮੈਂਟ ਵਗੈਰਾ ਜੇ ਨਾ ਉਹ ਤੋਂ ਜੇ ਤੁਹਾਨੂੰ ਮਖਾਨਾ ਆ ਗਿਆ ਤਾਂ ਡੋਇਆ ਹੈਗਾ, ਅਤੇ ਜੇ ਇੰਨਾ ਕੰਮ ਖਰਾਬ, ਕਿਉਂਕਿ ਰਕਸ਼ਾ ਵਾਲੇ ਨਾ ਕਿਹਾ ਵੀ ਉੱਥੋਂ ਚਾਹ ਕੇ ਅਤੇ ਸਾਰ ਦੇ, ਤਾਂ ਉਹਨੇ ਕਿਹਾ 400 ਰੁਪਇਆ ਲਵਾਂਗਾ, ਅਤੇ 4 ਤਾਂ ਬੋਰੀਆਂ ਆਉਣਗੀਆਂ ਉਸ ਡੋਈਆਂ ਤੋਂ। ਜੇ ਇੰਨਾ ਕੰਮ ਬੜਾ ਖਰਾਬ ਹੋ ਗਿਆ, ਤਾਂ ਤੁਸੀਂ ਚੁੱਕਣੀਆਂ ਇੱਥੇ ਜੇ ਇੰਨਾ ਸੁੱਟਣੀਆਂ, ਤਾਂ ਉਹਨਾਂ ਨੇ ਕਿਹਾ ਬਾਈ ਇੰਨੇ ਪੈਸੇ। ਮੈਂ ਕਿਹਾ ਨਹੀਂ, ਬਾਕੀ ਕੰਮ ਮਾਸ਼ਾਅੱਲਾ ਜਾਰੀ ਹੈਗਾ, ਲੱਗੇ ਹੋਏ ਬਾਈ ਜਨਵਰੀ ਮੋਬਾਈਲ ਉਪਰ ਜਾ ਕੇ ਵੇਖਣਾ ਕਿੰਨਾ ਕੁ ਹੋ ਗਿਆ। ਮਾਸ਼ਾਅੱਲਾ ਚੋਣ ਹੀ ਹੋ ਗਿਆ। ਵੈਲਕਮ ਬੈਕ ਜੀ। ਹਾਂਜੀ, ਟਾਈਮ ਵਾਹਵਾ ਹੀ ਹੋ ਗਿਆ, ਚੋਣ ਹੋ ਗਿਆ। ਹਾਂਜੀ ਹਾਂਜੀ, ਦਿਨ ਇੱਥੇ ਪਹੁੰਚ ਗਿਆ, ਵਲੌਗ ਹੁਣ ਸਟਾਰਟ ਕਰ ਰਿਹਾ, ਕਿਉਂਕਿ ਨਾ ਕੱਲ੍ਹ ਜਿਹਨਾਂ ਬਾਈ ਜ਼ਿਆਦਾ ਹੋ ਗਿਆ, ਤਕਰੀਬਨ ਰਾਤ ਨੂੰ ਵਾਹਵਾ ਲੇਟ ਆਇਆ, ਕਿਉਂਕਿ ਵਲੌਗ ਵਗੈਰਾ ਬਣਾਉਣ ਨੂੰ ਮੇਰਾ ਉੱਥੇ ਜਾ ਕੇ ਦਿਲ ਨਹੀਂ ਕਰਦਾ, ਕਿਉਂਕਿ ਉਹਨਾਂ ਤਬੀਅਤ ਠੀਕ ਨਹੀਂ ਹੁੰਦੀ। ਜਾ ਕੇ ਬੰਦਾ ਮਤਲਬ ਆਲਰੇਡੀ ਹੁੰਦਾ ਕਿ ਉਹ ਫਿਰ ਗੱਪਾਂ ਮਾਰੇ, ਵਲੌਗ ਵਗੈਰਾ ਬਣਾਏ, ਮੈਨੂੰ ਉਹ ਚੀਜ਼ ਮੁਨਾਸਿਬ ਨਹੀਂ ਲੱਗਦੀ, ਤਦ ਕਰਕੇ ਮੈਂ ਵਲੌਗ ਨਹੀਂ ਬਣਾਉਂਦਾ। ਅਤੇ ਅੱਜ ਵੀ ਜੇ ਨਾ ਵਾਹਵਾ ਦੇਰ ਜਿਹਨੇ ਸੁਬਹਾ ਗਿਆ, ਅਤੇ ਵਾਹਵਾ ਦੇਰ ਜਿਹਨੇ ਉੱਥੇ ਰਿਹਾ, ਤਦ ਕਰਕੇ ਵਲੌਗ ਜਿਹਨੇ ਹੋਰ ਸਟਾਰਟ ਕਰ ਰਿਹਾ, ਕੰਮ ਸ਼ਾਮ ਹੀ ਲੱਗਿਆ ਹੋਇਆ। ਬਾਕੀ ਹੈਗਾ ਅਤੇ ਕੁਛ ਕੋਮਿੰਗ ਵਗੈਰਾ ਆ ਰਿਹਾ, ਮੈਨੂੰ ਪਤਾ ਹੈਗਾ। ਬਾਕੀ ਮਾਂ ਬਾਪ ਅਲਹਮਦੁਲਿਲਾ ਅੱਲਾਹ ਦਾ ਸ਼ੁਕਰ ਹੈ ਕਿ ਉਹਨਾਂ ਨਾਲ ਜ਼ਿੰਦਗੀ ਭਰ ਨਾ ਰਹਾਂਗਾ, ਲੇਕਿਨ ਕਾਫੀ ਸਾਰੀਆਂ ਮਜਬੂਰੀਆਂ ਹੈਗੀਆਂ ਨੇ, ਜਿਸ ਵਜ੍ਹਾ ਤੋਂ ਮੈਂ ਉੱਧਰ ਜਾਣਾ ਘਰ ਵੀ ਬਣਾ ਰਿਹਾ ਗਿਆ, ਕਿਉਂਕਿ ਨਾ ਕਿਸ਼ਤ ਵਗੈਰਾ ਪਹਿਲੀ ਮੈਂ ਇੰਨੀ ਮੁਸ਼ਕਿਲ ਨਾਲ ਦਿੱਤੀ, ਮੈਨੂੰ ਪਤਾ ਕਿ ਬਾਕੀ ਹੈਗਾ ਕੋਈ ਇਹ ਸਮਝ ਲਓ ਕਿ ਮੈਨੂੰ ਪਤਾ ਜਿਹੜੀ ਸਿਚੁਏਸ਼ਨ ਨਾਲ ਜਾਂ ਕੀ ਕੰਮ ਮਤਲਬ ਕੀਤਾ ਹੈਗਾ, ਜੇ ਦੀ ਵਜ੍ਹਾ ਹੈਗਾ ਉਹ ਅਗਰ ਮੈਂ ਦੱਸ ਦੇਵਾਂ, ਤੁਸੀਂ ਆਖਣਾ ਕਿ ਬੇ ਤੂੰ ਠੀਕ ਨਹੀਂ ਕੀਤਾ, ਜਿਸ ਵਜ੍ਹਾ ਜੇ ਨਾ ਤੂੰ ਇੰਤਜ਼ਾਰ ਕਰਕੇ ਬਣਾ ਲੈਂਦਾ, ਲੇਕਿਨ ਘਰ ਮੇਰਾ ਬਣਾਉਣਾ ਵੀ ਜ਼ਰੂਰੀ ਆ, ਇਸ ਕਰਕੇ ਜੇ ਨਾ ਇਨਸ਼ਾਅੱਲਾ ਆਹਿਸਤਾ ਆਹਿਸਤਾ ਪੈਸੇ ਦਿੱਤੇ, ਹਰ ਇੱਕ ਚੀਜ਼ ਹੁੰਦੀ ਹੋ ਜਾਏਗੀ, ਲੇਕਿਨ ਇਹ ਕੰਮ ਜ਼ਰੂਰੀ ਆ, ਇਸ ਕਰਕੇ ਕੀਤਾ ਹੈਗਾ। ਹਾਂਜੀ, ਮੰਥਲੀ ਇਨਸ਼ਾਅੱਲਾ ਕਿਸ਼ਤਾਂ ਵਗੈਰਾ ਉਤਾਰਦੇ ਜਾਵਾਂਗੇ, ਅੱਲਾ ਪਾਕ ਖੈਰ ਕਰਦਾ ਜਾਵੇਗਾ ਇਨਸ਼ਾਅੱਲਾ। ਬਾਕੀ ਲੱਗੇ ਹੋਇਆ ਕਾਫੀ ਸਾਰੇ ਕੰਮ ਕਰਨ ਵਾਲੇ ਹੈਗੇ, ਇਨਸ਼ਾਅੱਲਾ ਕਰਾਂਗੇ, ਬਸ ਦੁਆ ਕੀਤੇ ਕਰੋ, ਮੇਰੇ ਦੁਆਵਾਂ ਹਮੇਸ਼ਾ ਤੁਹਾਡੇ ਨਾਲ, ਅੱਲਾ ਪਾਕ ਸਭ ਦੇ ਹਾਲਤ ਕਰਮ ਕਰੇ। ਹਾਂਜੀ, ਨੰਗਾ ਫਿਰਦਾ ਨਾ ਪਤਾ ਨਹੀਂ ਕਰ, ਤੁਹਾਨੂੰ ਨਹੀਂ ਉਠਾ ਰਿਹਾ, ਲਾ ਕੇ ਤਾਂ ਆਇਆ। ਅੱਬੂ ਰੀ ਗਿਆ ਸੀਗੇ ਉੱਧਰ ਜੇ ਪੱਟੀ ਵਗੈਰਾ ਕਰਾਉਣ, ਕਿਉਂਕਿ ਨਾ ਮੈਂ 2-3 ਦਿਨ ਹੋ ਗਿਆ, ਤੁਹਾਨੂੰ ਦੱਸਿਆ ਕਿ ਉਦੋਂ ਨਮਾਜ਼ ਪੜ੍ਹ ਰਹੇ ਸੀਗੇ ਪਰਸੋਂ, ਚੱਲ ਵੀ ਜੈਨ ਤਾਂ ਡੇਲੀ ਬੇਸ ਨੂੰ ਕਰੀ ਨਮਾਜ਼ ਪੜ੍ਹਦੇ ਆ, ਅਤੇ ਗਏ ਆ ਗਿਆ ਸਿਰਫ ਜੈਨ ਪੱਟੀ ਵਗੈਰਾ ਕਰਾਉਣ, ਅਤੇ ਹੁਣ ਜੈਨ ਆ ਜਾਂਦੇ ਆ, ਮੋਟਰਸਾਈਕਲ ਆਉਂਦਾ ਹੈਗਾ, ਅਤੇ ਫਿਰ ਉੱਧਰ ਜਾਣਾ ਬਾਈ ਜਾ ਜ਼ੋਰ ਵਾਲੇ, ਕਿਉਂਕਿ ਨਾ ਉਹਨਾਂ ਮਤਲਬ ਕਿ ਨਾ ਡਿੱਗੇ ਹੈਗੇ ਆ, ਅਤੇ ਗੋਡੇ ਅਤੇ ਗੋਡੇ ਥੱਲੜੀ ਸਾਈਡ 'ਤੇ ਨਾ ਇਸ ਜਗ੍ਹਾ 'ਤੇ ਕਰਕੇ ਚੋਟ ਵਾਹਵਾ ਲੱਗ ਗਈ, ਟੁਰਿਆ ਨਹੀਂ ਜਾਂਦਾ ਇੰਨੇ। ਬਸ ਦੁਆ ਕਰੋ ਅੱਲਾ ਪਾਕ ਖੈਰ ਸੁੱਖ ਰੱਖੇ। ਅਸਲਾਮ ਵਾਲੇਕੁਮ। ਇਸ ਕਰਕੇ ਅੱਲਾ ਪਾਕ ਬੁਜ਼ੁਰ ਸ਼ਫਾ ਦੇਵੇ, ਸਿਹਤ ਤੰਦਰੁਸਤੀ ਦੇਵੇ। ਬਸ ਜੇ ਨਾ ਸੁਕਨ ਸੁਬਹ ਗਿਆ ਸੀਗਾ, ਇਸ ਟਾਈਮ ਕੰਮ ਸ਼ਾਮ ਮੌਤ ਵਿਹਲਾ ਹੁੰਦਾ ਗਿਆ, ਵਾਗ ਨਹੀਂ ਹੁੰਦਾ ਹੈਗਾ। ਹੁਣ ਜੇ ਨਾ ਕਾਰ ਨੂੰ ਪਾਣੀ ਵਗੈਰਾ ਲਗਾਇਆ ਗਿਆ, ਫਰੈਸ਼ ਫਰੰਟ ਤੋਂ ਧੋਤਾ ਹੈਗਾ, ਦੁਕਾਨ 'ਚ ਫਿਰ ਜੇ ਨਾ ਮੇਰੇ ਮਨ ਇਨਸ਼ਾਅੱਲਾ ਪਾਵਾਂਗੇ, ਫਿਕਰ ਵਿਹਲੇ ਹੋ ਗਏ। ਅੱਬੂਰੇ ਬੈਠੇ ਹੁੰਦੇ ਹੈਗੇ ਆ, ਪੱਗਾਂ ਨੂੰ ਪਾਣੀ ਛਣ ਲਗਾਇਆ ਗਿਆ, ਮਾਸ਼ਾਅੱਲਾ ਸੋਹਣਾ ਹੁੰਦਾ ਜਾਂਦਾ ਹੈਗਾ। ਚੱਲ ਤੂੰ ਖਾਨੇ ਮਾੜਾ ਮੋਟਾ ਨਾ ਇੱਥੇ ਇਨਸ਼ਾਅੱਲਾ, ਅੱਲਾ ਨੇ ਜਦੋਂ ਚਾਹ ਇੱਕ ਅੱਧਾ ਕੋਈ ਨਾ
ਬਰਾਂਡਾ ਸੋਰੀ ਬਰਾਂਡਾ ਕਹਿ ਰਿਹਾ ਕਮਰਾ ਬਣਾਵਾਂਗੇ ਸਟੋਰ ਤੌਰ 'ਤੇ, ਜਿਹਦੇ ਵਿੱਚ ਜਿੰਨਾ ਸਾਰਾ ਜਿੰਨਾ ਕਚਰਾ ਵਿੱਚ ਮਤਲਬ ਟੋਟਲ ਇੱਕ ਜਗ੍ਹਾ ਸਪੇਸ ਵੀ ਹੋਵੇ ਅਤੇ ਕਿਹਨੇ ਕੋਈ ਨੀਲਾ ਕੈਰ ਕਰੇਗਾ। ਅੱਜ ਜਿਸ ਬਾਅਦ ਵਲਾਗ ਵਗੈਰਾ ਕੌਣ ਬਣਾਇਆ ਹੈਗਾ, ਬਾਕੀ ਭਾਈ ਗਵਾਂਢੀ ਆ ਗਿਆ, ਇਹਨਾਂ ਨੂੰ ਮਿੱਟੀ ਵਗੈਰਾ ਰੱਖੀਏ, ਮੈਂ ਕਿਹਾ ਜੇ ਮਿੱਟੀ ਵਗੈਰਾ ਸਾਰ ਦਿਓ ਬਾਅਦ ਜੇ ਇਹਨੂੰ ਤੁਹਾਨੂੰ ਪੈਸੇ ਦੇ ਦਿਓ ਅਗਲੇ ਤਾਂ ਜੇ ਕੀਤਾ ਗਿਆ ਇਹਨਾਂ ਨਾਲ, ਮੈਂ ਇਹਨਾਂ ਨੂੰ ਜ਼ਰੂਰ ਨੇੜੇ ਕਿਸੇ ਉਹਦੀ ਸਰ ਨਹੀਂ ਆਏ, ਬਾਕੀ ਗੱਲ ਮੈਂ ਕਿਹਾ ਹੋਰ ਨਹੀਂ ਨਾ ਜੇ ਕਮਰੇ ਪੂਰੀ ਕਰ ਦਿਓ ਕੀ ਹੋਇਆ ਕੀਤਾ ਹੈਗਾ ਮੈਂ ਥੋੜ੍ਹਾ ਅਤੇ ਮਿੱਟੀ ਇਹਨੇ ਸਟੀਲ ਚੰਗੀ ਤਕਰੀਬਨ ਜਿੰਨਾ ਖੁੱਲ੍ਹੇ ਡੁੱਲੇ ਇਹਦੇ 'ਚ ਜੇ ਇੰਨੀ ਸਾਰੀ ਮਿੱਟੀ ਇਹ ਹੁਣ ਜੇ ਪਿੱਛਾ ਛੇਕ ਕੇ ਅਤੇ ਇਹ ਨਾਲ ਨਾਲ ਹੋਵੇਗੀ ਨਾਲ ਨਾਲ ਉਹ ਜਿੱਥੇ ਬਾਹਰ ਖਲੋਤੇ ਮਿੱਟੀ ਆਉਣੀ ਹੈਗੀ ਇੱਦਾਂ ਅਜੇ ਤੱਕ ਗਾਂ ਤਾਂ ਨਹੀਂ ਹੈ ਲੇਕਿਨ ਲੈਤਨ ਤਾਂ ਕੰਮ ਹੋ ਗਿਆ ਇੱਦਾਂ ਹੀ ਖਿੱਚੀ ਜਾਏਗੀ ਉੱਧਰੋਂ ਸਾਰਾ ਜੇ ਹੀਰਾ ਦੀ ਮੰਮਾ ਹੀਰਾ ਮੁਹੰਮਦ ਈਸਾ ਚੱਲੇ ਆ ਗਿਆ ਉੱਧਰ, ਮੈਂ ਕਿਹਾ ਚੱਲ ਹੱਥ ਨੂੰ ਕੰਮ ਕੁੰਮ ਕਈ ਮਿਸਤਰੀ ਵਗੈਰਾ ਤਾਂ ਕੋਈ ਲਗਾਏ ਆਣਗੇ, ਮੈਂ ਕਿਹਾ ਚੱਲ ਲੇਕਿਨ ਕੰਮ ਕੁੰਮ ਦੇਣਾ ਤੁਹਾਨੂੰ ਖਾਣੇ ਹੈਗੇ ਇੱਕ ਦੋ ਦਿਨਾਂ ਤੱਕ ਜੇ ਇਹਨੇ ਸਟਾਰਟ ਕਰਾਂਗੇ। ਮੁਹੰਮਦ ਈਸਾ ਉਹ ਦੇਖਿਓ ਅਟਰੈਕਟ ਨੂੰ ਵੇਖਿਓ ਉਹਦੇ ਮੁਹੰਮਦ ਈਸਾ ਅੱਜ ਇਹਨੇ ਕੋਈ ਮਾੜੀ ਮੋਟੀ ਜੇ ਰੇੜੇ ਨਾਲ ਮਿੱਟੀ ਸਟਾਈ ਹੈ, ਮੈਂ ਕਿਹਾ ਜੇ ਇਹਨਾਂ ਕੰਮ ਅਜ ਕੰਮ ਦੇਣਾ ਹੈ ਖਤਾਂ ਤੁਹਾਨੂੰ ਅੱਗੇ ਵੀ ਖਾਣ ਇਹ ਜੇ ਇੰਨਾ ਬਰੀ ਜਾਵਣ ਹੈ ਉਮੀਦ ਤਾਂ ਹੈਗੀ ਕਿ ਦੋ ਕਮਰਿਆਂ 'ਚ ਪੂਰੀ ਹੋ ਜਾਏਗੀ, ਬਾਕੀ ਤਕਰੀਬਨ ਕਹਿ ਲਓ ਕਿ ਜੇ ਇੰਨਾ ਅਜੇ ਤੱਕ ਜੇ ਇਹਨਾਂ ਦੀਵਾਰਾਂ ਆਹ ਇੱਟਾਂ ਪਈਆਂਗੀਆਂ ਹਾਂ ਇਹ ਸੁਬਹਾ ਜੇ ਨਾ ਛਿੱਕਾਂਗੇ ਪਾ ਲਵਾਂਗੇ ਆਪ ਹੀ ਲੱਗਾਂਗੇ ਕੰਮ ਤਾਂ ਜੇ ਮਾਸ਼ਾਅੱਲਾ ਜੇ ਇੰਨਾ ਬੜਾ ਪਿਆ ਹੈਗਾ ਲੇਕਿਨ ਆਹਿਸਤਾ ਆਹਿਸਤਾ ਸਹੀ ਹੋ ਜਾਏਗਾ ਇਨਸ਼ਾਅੱਲਾ ਕਿ ਨਹੀਂ। ਅੱਜ ਹੁਣ ਹੋ ਗਿਆ ਨਾ ਸੁਬਹਾ ਇਨਸ਼ਾਅੱਲਾ ਜੇ ਇਹਨੂੰ ਕੰਮ ਸਟਾਰਟ ਕਰਨ ਹਾਂ ਰੇਤੇ ਨਾਲ ਦੇ ਨਾਲ ਸਟਾਈ ਜਾਣਾਂਗੇ ਤਕਰੀਬਨ ਅਗਲੀ ਤਾਂ ਸਮਝੋ ਕਿ ਮੁੱਕ ਵੀ ਗਏ ਹੁਣ ਦੁਬਾਰਾ ਫਿਰ ਜੇ ਇਹਨੂੰ ਸਟਾਈ ਅਗਲੀ ਚੁੱਕੋ ਚ ਥੋੜ੍ਹੀ ਬਹੁਤ ਅਗਲੀ 'ਚ ਪਈ ਹੈ ਬਾਕੀ ਮਜ਼ੀਦ ਹੋਰ